ਪੱਟ ਕੇ ਜਾ ਕੇ ਟਿਊਬ ਲੈ ਕੇ ਕਿੰਨੇ ਵਾਰ ਦੀ ਲੈ ਗਿਆ ਉਹ ਨਹੀਂ ਚਾਨਣ ਪਹਿਲੇ ਬਹੁਤ ਆ ਹਵਾ ਵਾਲੀ ਲੈ ਗਿਆ ਤੇ ਮਾਮਾ ਹਵਾ ਵੀ ਤੇ ਬਹੁਤ ਹੈ हेलो गाइस आज ਅਸੀਂ ਗੱਲ ਕਰਾਂਗੇ ਕੈਰੀ ਓਨ ਜੱਟਾ 3 ਦੀ ਹੁਣ ਤੱਕ ਦੀ ਬਾਕਸ ਆਫਿਸ ਕਲੈਕਸ਼ਨ ਬਾਰੇ ਇਹ ਫਿਲਮ 29 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ ਅੱਜ ਮੈਂ ਤੁਹਾਨੂੰ ਇਸ ਫਿਲਮ ਦੀ ਹੁਣ ਤੱਕ ਦੀ ਬਾਕਸ ਆਫਿਸ ਕਲੈਕਸ਼ਨ ਇਸ ਫਿਲਮ ਦਾ ਬਜਟ ਡਾਇਰੈਕਟਰ ਪ੍ਰੋਡਿਊਸਰ ਅਤੇ ਹਿੱਟਰ ਫਲੋਪ ਦੱਸਾਂਗਾ ਇਸ ਫਿਲਮ ਵਿੱਚ ਸਾਨੂੰ ਗਿੱਪੀ ਗੜਿਆਲ ਸੋਨਮ ਬਾਜਵਾ ਗੁਰਪ੍ਰੀਤ ਘੁੱਗੀ ਬਿਨੋ ਢਿੱਲੋਂ ਜਸਵਿੰਦਰ ਭੱਲਾ ਕਰਮਜੀਤ ਅਨਮੋਲ ਸ਼ਿੰਦਾ ਗੜੇਵਾਲ ਕਵਿਤਾ ਕੌਸ਼ਿਕ ਅਤੇ ਬੀਐਨ ਸ਼ਰਮਾ ਤੋਂ ਇਲਾਵਾ ਸਾਨੂੰ ਹੋਰ ਵੀ ਕਈ ਐਕਟਰ ਇਸ ਫਿਲਮ ਵਿੱਚ ਦੇਖਣ ਨੂੰ ਮਿਲੇ ਇਸ ਫਿਲਮ ਨੂੰ ਪ੍ਰੋਡਿਊਸ ਗਿੱਪੀ ਗੜੇਵਾਲ ਅਤੇ ਰਵਿੰਦਰ ਕੌਰ ਗੜੇਵਾਲ ਨੇ ਮਿਲ ਕੇ ਕੀਤਾ ਇਸ ਫਿਲਮ ਨੂੰ ਡਾਇਰੈਕਟ ਸਮੀਪ ਕੰਗ ਨੇ ਕੀਤਾ ਇਸ ਫਿਲਮ ਦੇ ਡਾਇਲੋਗ ਨਰੇਸ਼ ਖਤੋੜੀਆ ਜੀ ਵੱਲੋਂ ਲਿਖੇ ਗਏ ਹਨ ਇਸ ਫਿਲਮ ਨੇ ਰਿਲੀਜ਼ ਹੋਣ ਤੋਂ ਪਹਿਲਾਂ ਧਮਾਕੇਦਾਰ ਐਡਵਾਂਸ ਬੁਕਿੰਗ ਕੀਤੀ ਇਸ ਫਿਲਮ ਨੂੰ ਇੰਡੀਆ ਦੇ ਕਈ ਵੱਡੇ ਸ਼ਹਿਰਾਂ ਵਿੱਚ ਵੀ ਰਿਲੀਜ਼ ਕੀਤਾ ਗਿਆ ਜਿਨ੍ਹਾਂ ਵਿੱਚੋਂ ਇਹ ਲੁਧਿਆਣਾ ਦਿੱਲੀ ਬਠਿੰਡਾ ਬੈਂਗਲੋਰ ਅਤੇ ਅੰਮ੍ਰਿਤਸਰ ਦੇ ਨਾਲ ਨਾਲ ਹੋਰ ਵੀ ਕਈ ਥਾਵਾਂ ਤੇ ਇਹ ਫਿਲਮ ਹਾਊਸਫੁੱਲ ਰਹੀ ਇਸ ਫਿਲਮ ਨੂੰ ਇੰਡੀਆ ਤੋਂ ਇਲਾਵਾ ਹੋਰ ਵੀ ਕਈ ਵੱਡੇ ਮੁਲਕਾਂ ਵਿੱਚ ਰਿਲੀਜ਼ ਕੀਤਾ ਗਿਆ ਇਸ ਫਿਲਮ ਦਾ ਬਜਟ 15 ਕਰੋੜ ਦੇ ਕਰੀਬ ਹੈ ਕੈਰੀ ਓਨ ਜੱਟਾ 3 ਫਿਲਮ ਰਿਲੀਜ਼ ਹੁੰਦਿਆਂ ਹੀ ਇਸ ਫਿਲਮ ਨੂੰ ਫੈਨਸ ਦਾ ਭਰਪੂਰ ਪਿਆਰ ਦੇਖਣ ਨੂੰ ਮਿਲਿਆ ਅਤੇ ਇਸ ਨੇ ਇੰਡੀਆ ਤੋਂ ਆਪਣੇ ਪਹਿਲੇ ਦਿਨ 3,50,00,000 ਦੀ ਕਲੈਕਸ਼ਨ ਕੀਤੀ ਅਤੇ ਵਰਲਡ ਵਾਈਡ ਇਸ ਨੇ 8,20,00,000 ਰੁਪਏ ਦੀ ਕਲੈਕਸ਼ਨ ਕੀਤੀ ਅਤੇ ਦੂਸਰੇ ਦਿਨ ਇਸ ਨੇ 4,25,00,000 ਰੁਪਏ ਦੀ ਕਲੈਕਸ਼ਨ ਕੀਤੀ ਅਤੇ ਵਰਲਡ ਵਾਈਡ ਇਸ ਨੇ 12 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਅਤੇ ਤੀਸਰੇ ਦਿਨ ਅੱਜ ਇਹ ਫਿਲਮ ਇੰਡੀਆ ਤੋਂ ਲਗਭਗ 4,20,00,000 ਦੇ ਕਰੀਬ ਕਲੈਕਸ਼ਨ ਕਰ ਰਹੀ ਹੈ ਅਤੇ ਵਰਲਡ ਵਾਈਡ ਲਗਭਗ ਇਹ ਫਿਲਮ 9 ਕਰੋੜ ਦੇ ਕਰੀਬ ਕਲੈਕਸ਼ਨ ਕਰਦੀ ਦਿਖਾਈ ਦੇ ਰਹੀ ਹੈ ਬਾਕੀ ਜੇਕਰ ਤੁਸੀਂ ਇਸ ਫਿਲਮ ਨੂੰ ਦੇਖ ਚੁੱਕੇ ਹੋ ਤਾਂ ਤੁਹਾਨੂੰ ਇਹ ਫਿਲਮ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਿਸ ਨੇ ਵੀ ਇਹ ਫਿਲਮ ਨਹੀਂ ਦੇਖੀ ਤਾਂ ਉਹ ਆਪਣੀ ਫੈਮਿਲੀ ਸਮੇਤ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਜਾ ਕੇ ਇਸ ਫਿਲਮ ਨੂੰ ਜ਼ਰੂਰ ਦੇਖਿਓ ਬਾਕੀ ਜੇ ਤੁਹਾਨੂੰ ਇਹ ਵੀਡੀਓ ਥੋੜ੍ਹੀ ਜਿਹੀ ਵੀ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।